ਮੈਂ ਯੂਟਿਊਬ ਫੈਮਿਲੀ ਉਮੀਦ ਕਰਦੀ ਹਾਂ ਕਿ ਤੁਸੀਂ ਖੈਰੇ ਨਾਲ ਹੋਗੇ ਤੇ ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ ਆਮਿਨਾ ਸ਼ਹਾਦਤ ਮੇਰੀ ਦੋ ਤੁਸੀਂ ਜਿੱਥੇ ਰਸਤਾ ਹੱਸਦੇ ਰਹੋ ਹੱਸਦੇ ਰਹੋ ਸ਼ਹਾਦਤ ਮਿਹਮਾਨ ਹੋ ਤੇ ਹਾਂਜੀ ਗਾਇਸ ਜਿਹੜੇ ਮੇਰੇ ਪਿਆਰੇ ਭਾਈ ਮੇਰੇ ਚੈਨਲ ਤੇ ਨਿਊ ਨੇ ਅਗਰ ਮੈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਤੇ ਚਲੋ ਆ ਤੁਹਾਡੀਆਂ ਦੁਆਵਾਂ ਵਲੋਗ ਸ਼ੁਰੂ ਕਰਦੇ ਤੇ ਹਾਂਜੀ ਗਾਇਸ ਚੀਨੀ ਇੱਕ ਬਰਤਨ ਲੈ ਲਿਆ ਉਹਦੇ 'ਚ ਮੈਂ ਪਾਣੀ ਐਡ ਕਰਕੇ ਤੇ ਚੀਨੀ ਜਿਹੜੀ ਉਹ ਐਡ ਕਰਕੇ ਨਾ ਅੱਛੇ ਤਰੀਕੇ ਨਾਲ ਇਹਨਾਂ ਨੂੰ ਮੈਂ ਮਿਕਸ ਕਰ ਲਿਆ ਠੀਕ ਹੋ ਗਿਆ ਕੀ ਕਰਨ ਲੱਗੀ ਹਾਂ ਤੁਹਾਨੂੰ ਮੈਂ ਦੱਸਦੀ ਹਾਂ ਮੈਂ ਬਣਾਉਣ ਲੱਗੀ ਹਾਂ ਪੂੜੇ ਕਿਉਂਕਿ ਖਤਮ ਨੇ ਵੀ ਦਵਾਵਾਂਗੇ ਮੈਂ ਇਸ ਤੋਂ ਪਹਿਲੇ ਲੇਟ ਹੋਏ ਮੈਂ ਜਲਦੀ ਜਲਦੀ ਖਤਮ ਦਾ ਟਾਈਮ ਗੁਜ਼ਰੇ ਮੈਂ ਜਲਦੀ ਜਲਦੀ ਨਾਲ ਜੇ ਚੀਨੀਆਂ ਖੋਲ ਕੇ ਮਿਕਸ ਕਰਕੇ ਅੱਛੇ ਤਰੀਕੇ ਨਾਲ ਫਿਰ ਤੁਹਾਨੂੰ ਦੱਸਦੀ ਹਾਂ ਕਿ ਮੈਂ ਅੱਗੇ ਕੀ ਕਰਨ ਲੱਗੀ ਹਾਂ ਦੇਖੋ ਗਾਇਸ ਕੋਲ ਹੀ ਮੈਂ ਆਟਾ ਰੱਖਿਆ ਹੋਇਆ ਵਾ ਹੁਣ ਗਾਇਸ ਮੈਂ ਇਹਨੂੰ ਅੱਛੇ ਤਰੀਕੇ ਨਾਲ ਕਰ ਲਾਂ ਮਿਕਸ ਠੀਕ ਹੋ ਗਿਆ ਮਿਕਸ ਕਰਕੇ ਤੇ ਫਿਰ ਆਪਾਂ ਇਹਦਾ ਆਟਾ ਗੁੰਨਾਂਗੇ ਹਾਂਜੀ ਗਾਇਸ ਗਲਤੀ ਨਾ ਨਿਕਲ ਗਿਆ ਕਿ ਆਟਾ ਗੁੰਨਾਂਗੇ ਆਟਾ ਨਹੀਂ ਗੁੰਨਾ ਇਹਨਾਂ ਦਾ ਇਹਨਾਂ ਨੂੰ ਬਸ ਆਪਾਂ ਨਾ ਪਤਲਾ ਜਿੰਨਾ ਹੋ ਸਕੇ ਇੰਨਾ ਪਤਲੀ ਕਰਕੇ ਬਣਾਉਣਾ ਤੇ ਹੁਣ ਮੈਂ ਵਿੱਚ ਆਟਾ ਐਡ ਕਰਨ ਲੱਗੀ ਹਾਂ ਵੇਖ ਲਓ ਤੁਸੀਂ ਚਲੋ ਆਟਾ ਮੈਂ ਵਿੱਚ ਐਡ ਕਰਤਾ ਵਿੱਚ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆਪਾਂ ਕੀ ਕਰਨਾ ਹੁਣ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਦੇਖੋ ਮਿਕਸ ਜਿੱਦਾਂ ਮੈਂ ਕਰ ਰਹੀ ਹਾਂ ਨਾ ਇੱਦਾਂ ਮਿਕਸ ਕਰ ਲੈਣਾ ਵਾ ਬਣਾਉਂਦੇ ਹੀ ਹੋਗੇ ਤੁਸੀਂ ਇੰਨਾ ਮੈਨੂੰ ਹੀ ਪਤਾ ਪਰ ਫਿਰ ਵੀ ਮੈਂ ਨਾ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਾਂ ਤੇ ਗਾਇਸ ਜਿਹੜੀ ਰੋੜੀਆਂ ਨਾ ਇਹ ਨਾ ਬਣਨ ਦੱਸੋ ਨਹੀਂ ਇਹ ਨਾ ਅੱਛੇ ਤਰੀਕੇ ਨਾਲ ਆਪਾਂ ਨਾ ਖੋਲ ਲੈਣਾ ਵਾ ਹਾਂਜੀ ਗਾਇਸ ਗੈਸ ਹੋ ਗਈ ਖਤਮ ਮੈਂ ਤਾਂ ਦੇਖੀ ਹੁਣ ਤੇ ਮੈਂ ਕਿਹਾ ਚਲੋ ਹੁਣ ਮੈਂ ਨਾ ਜਲਦੀ ਤੁੱਕੇ ਲਿਆ ਕੇ ਅੱਗ ਬਾਲ ਲਾਂ ਤੇ ਚਲੋ ਆ ਮੈਂ ਨਾ ਤੁੱਕੇ ਲਿਆ ਕੇ ਅੱਗ ਬਾਲ ਲਾਂ ਹਾਂਜੀ ਗਾਇਸ ਜਿਹਨੇ ਕੁ ਮੈਨੂੰ ਤੁੱਕੇ ਜ਼ਰੂਰਤ ਸੀ ਉਹਨੇ ਕੁ ਮੈਂ ਨਾ ਇੱਕ ਬੱਠੀ ਲਿਆ ਕੇ ਨਾ ਉਹਦੇ ਵਿੱਚ ਪਾ ਲਿਆ ਹੁਣ ਚੱਲਦੇ ਹਾਂ ਘਰ ਹਾਂਜੀ ਗਾਇਸ ਅੱਗ ਮੈਂ ਬਾਲ ਲਈ ਹੈ ਠੀਕ ਹੋ ਗਿਆ ਦੇਖੋ ਤੁਸੀਂ ਤੇ ਗਾਇਸ ਤੁਹਾਨੂੰ ਮੈਂ ਦੱਸਾਂ ਕਿ ਜਿਹੜੇ ਆਪਾਂ ਪਹਿਲੇ ਤੋਂ ਇੱਥੇ ਜਿਹੜੇ ਆਪਣੇ ਚੁੱਲ੍ਹੇ ਸੀਗੇ ਨਾ ਆਪਾਂ ਪੁੱਟ ਕੇ ਦੇਖੋ ਗਾਇਸ ਨਿਊ ਚੁੱਲ੍ਹਾ ਬਣਾਇਆ ਵਾ ਤੇ ਦੇਖੋ ਮਾਸ਼ਾਅੱਲਾ ਕਿੰਨਾ ਪਿਆਰਾ ਬਣਿਆ ਤੁਸੀਂ ਸੋਚਦੇ ਹੋਗੇ ਕਿ ਸ਼ਾਜ਼ੀਆ ਕਦੀ ਕੋਈ ਚੁੱਲ੍ਹੇ ਦਾ ਡਿਜ਼ਾਈਨ ਕਰ ਲੈਂਦੀ ਆ ਕਦੀ ਕੋਈ ਤੇ ਦੇਖੋ ਗਾਇਸ ਆ ਮੈਨੂੰ ਬਹੁਤ ਅੱਛਾ ਲੱਗਾ ਇਸ ਲਈ ਮੈਂ ਕੱਲ ਹੀ ਦਾਦਾ ਨੂੰ ਬੁਲਵਾ ਕੇ ਨਿਊ ਚੁੱਲ੍ਹਾ ਬਣਵਾਇਆ ਵਾ ਤੁਸੀਂ ਕਮੈਂਟ 'ਚ ਲਾ ਵੀ ਦੱਸਣਾ ਤੁਹਾਨੂੰ ਇਹਦਾ ਡਿਜ਼ਾਈਨ ਕਿੱਦਾਂ ਲੱਗਾ ਚਲੋ ਹੁਣ ਆਪਾਂ ਪੂੜੀਆਂ ਬਣਾ ਲਈਏ ਖਤਮ ਦਵਾਉਣ ਵਾਸਤੇ ਆਪਾਂ ਹੁਣ ਛੋਟੀਆਂ ਛੋਟੀਆਂ ਸੱਤ ਕੱਢਾਂਗੇ ਪੂੜੀਆਂ ਤੇ ਗਾਇਸ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਈ ਤੇ ਗਰਮੀ ਤੇ ਇੱਥੇ ਬਹੁਤ ਜ਼ਿਆਦਾ ਹੋਏ ਤੇ ਗਾਇਸ ਇਸ ਚੀਜ਼ ਦਾ ਖਿਆਲ ਰੱਖਣਾ ਨਾ ਹੀ ਜ਼ਿਆਦਾ ਗਾੜਾ ਹੋਏ ਤੇ ਨਾ ਹੀ ਜ਼ਿਆਦਾ ਪਤਲਾ ਹੁਣ ਘੀ ਐਡ ਕਰਦੇ ਹਾਂ ਬਿਸਮਿਲ੍ਲਾ ਹਮਾਰੇ ਕਾਫੀ ਹੈ ਇੱਕ ਸਾਈਡ ਵਾਲ ਪਤਾ ਨਹੀਂ ਕਿਉਂ ਜਾਂਦੀਆਂ ਹੁਣ ਗਾਇਸ ਆਪਾਂ ਸੱਤ ਛੋਟੇ ਛੋਟੇ ਕਰਦੀਆਂ ਵਾ ਸਾਰੇ ਗਾਇਸ ਆਪਾਂ ਇਹਨਾਂ ਨੂੰ ਬਣਾ ਲਈਏ ਫਿਰ ਦੂਸਰੀਆਂ ਹੋਰ ਕੱਢਾਂਗੇ ਖਤਮ ਦਵਾ ਕੇ
ਧੂੰਆਂ ਬਹੁਤ ਜ਼ਿਆਦਾ ਵਾ ਤੇ ਗਾਇਸ ਇੱਕ ਸਟੈਂਡਰਡ ਹੁੰਦਾ ਨਾ ਤੈਨੂੰ ਵੀ ਲੇਟ ਨਹੀਂ ਹੋਣੀ ਸੀ ਤੇ ਮੈਂ ਹੁਣ ਇਹਨਾਂ ਦੀ ਸਾਈਡਾਂ 'ਤੇ ਥੋੜ੍ਹਾ ਥੋੜ੍ਹਾ ਘੀ ਲਗਾਵਾਂਗੀ। ਤਿਆਰ ਤੇ ਹੁਣ ਆਪਾਂ ਇਹਦੇ ਕਰਦੇ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੀ ਲਾਈਕ ਕਰ ਸਬਸਕ੍ਰਾਈਬ ਕਰੋ ਤਾਂ ਖਾ ਰਹੇ ਵੀਡੀਓ ਬਾਅਦ ਸਾਨੂੰ ਮੇਰੇ ਪਿਆਰੇ ਭਾਈਆਂ ਨੂੰ ਬਹੁਤ ਸਕੇ ਮਿਲਾਂਗੇ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।